ਜਿਹੜੀ ਗੱਲ ਦਾ ਡਰ ਸੀਗਾ ਉਹੀ ਗੱਲ ਹੋ ਗਈ। ਹਰਿਆਣੇ ਵਾਲੀ ਸਾਈਡ ਟਹਾਣੇ ਵੱਲ ਪਿੰਡ ਫੂਲ ਦਾ ਮੋਣਕ ਵਾਲਾ ਘੱਗਰ ਜਿਹੜਾ ਟੁੱਟ ਚੁੱਕਿਆ, ਬਹੁਤ ਜ਼ਿਆਦਾ ਵੱਡਾ ਪਾੜ ਹੋ ਗਿਆ, ਪਾਣੀ ਬਹੁਤ ਰਫਤਾਰ ਨਾਲ ਜਾ ਰਿਹਾ। ਸੋ ਨੁਕਸਾਨ ਬਹੁਤ ਹੋਊਗਾ ਬਾਈ, ਫਸਲਾਂ ਤਾਂ ਡੁੱਬੀ ਜਾ ਰਹੀਆਂ ਨੇ। ਜੋ ਵੀਡੀਓ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਇਹ ਵੀਡੀਓ ਆ ਜਿਹੜੀ ਕਿ ਘੱਗਰ ਦੇ ਵਿੱਚ ਪਾੜ ਪੈਣ ਤੋਂ ਬਾਅਦ ਦੀ ਵੀਡੀਓ ਆ, ਅਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ ਰਫਤਾਰ ਦੇ ਨਾਲ ਫਸਲਾਂ ਨੂੰ ਬਰਬਾਦ ਕਰਦਾ ਹੋਇਆ ਪਿੰਡ ਵੱਲ ਨੂੰ ਵੱਧ ਰਿਹਾ ਹੈਗਾ, ਅਤੇ ਲੋਕਾਂ ਨੂੰ ਉੱਥੋਂ ਭੱਜਣ ਦਾ ਵੀ ਮੌਕਾ ਨਹੀਂ ਮਿਲਿਆ। ਲੋਕਾਂ ਦੇ ਸੰਦ ਨੇ ਜਿਹੜੇ ਕਿ ਖੇਤਾਂ ਦੇ ਵਿੱਚ ਹੀ ਖੜ੍ਹੇ ਹੁੰਦੇ ਨੇ, ਅਤੇ ਲੋਕਾਂ ਨੂੰ ਕੱਢਣ ਤੱਕ ਦਾ ਮੌਕਾ ਨਹੀਂ ਦਿੱਤਾ। ਇਹ ਪਾਣੀ ਜਿਹੜਾ ਕਿ ਕੁੱਲ 45 ਕੁ ਸੈਕਿੰਡ ਦੇ ਵਿੱਚ ਹਜ਼ਾਰਾਂ ਕਿੱਲੇ ਨੂੰ ਕਵਰ ਕਰ ਜਾਂਦਾ, ਅਤੇ ਫੁੱਲ ਸਪੀਡ ਦੇ ਨਾਲ ਇਹ ਪਾਣੀ ਜਿਹੜਾ ਕਿ ਪਿੰਡ ਵੱਲ ਨੂੰ ਵੱਧ ਰਿਹਾ ਹੈਗਾ। ਇਹ ਵੀਡੀਓ ਕਿ ਮੂਣਕ ਇਲਾਕੇ ਦੀ ਆ ਗਈ, ਸੋ ਮੂਣਕ ਇਲਾਕੇ ਦੇ ਪਿੰਡ ਨੇ ਜਿਹੜੇ ਕਿ ਬਹੁਤ ਪ੍ਰਭਾਵਿਤ ਹੋਏ ਨੇ ਇਸ ਪਾਣੀ ਦੇ ਨਾਲ, ਅਤੇ ਇਹ ਪਾਣੀ ਜਿਹੜਾ ਕਿ ਹਜੇ ਵੀ ਬਹੁਤ ਤੇਜ਼ੀ ਨਾਲ ਨੁਕਸਾਨ ਕਰਦਾ ਪਿਆ ਉਹਨਾਂ ਪਿੰਡਾਂ ਵੱਲ। ਸੋ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਤਾਂ ਜੋ ਲੋਕ ਹੁਣ ਪਟਿਆਲੇ ਏਰੀਏ ਨੂੰ ਛੱਡ ਕੇ ਜਿੱਥੇ ਪਾਣੀ ਘੱਟ ਹੋ ਚੁੱਕਿਆ ਹੈਗਾ ਹੁਣ ਇਸ ਇਲਾਕੇ ਵੱਲ ਹੋ ਜਾਣ, ਕਿਉਂਕਿ ਇੱਥੇ ਭਾਰੀ ਨੁਕਸਾਨ ਹੁੰਦਾ ਹੈਗਾ ਹਰ ਸਾਲ ਘੱਗਰ ਦੇ ਟੁੱਟਣ ਨਾਲ ਹੀ। ਸੋ ਕਮੈਂਟ ਬਾਕਸ ਦੇ ਵਿੱਚ ਸਾਰੇ ਭਰਾ ਵਾਹਿਗੁਰੂ ਜ਼ਰੂਰ ਲਿਖੋ।